ਪ੍ਰਦੀਪ ਕਲੇਰ ਅੰਗ ਪੜ ਕੇ ਗਲੀਆਂ ਚ ਖਿਲਾਰ ਰਿਹਾ, ਉਹ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਵਾਲਾ ਨਹੀਂ ਹੈਗਾ, ਉਹ ਤੁਹਾਡੀ ਪੈਰਵਾਈ ਹੈ, ਉਹ ਕਾਨੂੰਨੀ ਪੈਰਵਾਈ ਹੈ ਤੇ ਕਾਨੂੰਨ ਨੂੰ ਚੈਲੰਜ ਕਰੀ ਜਾਂਦਾ ਕਿ ਮੈਂ ਤਾਂ ਘਰੇ ਸੀਗਾ। ਆਪਣੇ ਆਪ ਦੇ ਵਿੱਚ ਉਹ ਸਿਸਟਮ ਨੂੰ ਵੱਡਾ ਚੈਲੰਜ ਆ, ਇਤਿਹਾਸੋ ਹੀ ਨਹੀਂ ਗੱਲ ਇਹਨਾਂ ਵਾਸਤੇ ਜਿਹੜੇ ਲੋਕਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ ਇਨਸਾਫ ਕਰਾਂਗੇ, ਅਸੀਂ ਇਹ ਦੁੱਧ ਦੁੱਧ ਪਾਣੀ ਦਾ ਪਾਣੀ ਕਰਾਂਗੇ, ਤੇ ਉਹਨਾਂ ਤੋਂ ਘਰੇ ਬੈਠਾ ਬੰਦਾ ਨਹੀਂ ਫੜਿਆ ਗਿਆ। ਦੋਸ਼ੀ ਤੋਂ ਲਿਆ ਕੇ ਇੱਕ ਮਾਫੀ ਦੇ ਉੱਤੇ ਖੜਾ ਕਰ ਦੇਣਾ ਕੇਸ ਨੂੰ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਹੈ। ਭਗਵੰਤ ਮਾਨ ਦੀ ਗੱਲ ਕਰ ਰਿਹਾ, ਜਿਹੜੇ 24 ਘੰਟਿਆਂ 'ਚ ਇਨਸਾਫ ਦੇਣ ਦੀ ਗੱਲ ਕਰਦੇ ਸੀ, ਅੱਜ 2.5 ਸਾਲ ਤੋਂ 3 ਸਾਲ ਤੋਂ ਉੱਪਰ ਦਾ ਸਮਾਂ ਬੀਤਣ ਜਾ ਰਿਹਾ ਹੈ, ਤਾਂ 3 ਸਾਲ ਦੇ ਵਿੱਚ ਉਹਨਾਂ ਨੇ ਕੀਤਾ ਕੀ ਆ? ਭਾਜਪਾ ਅਤੇ ਆਮ ਆਦਮੀ ਸਰਕਾਰ ਰਲ ਕੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। ਇੱਕ ਬੰਦਾ ਇਹਨਾਂ ਨੂੰ ਸਿਸਟਮ ਤੋਂ ਕਿੱਦਾਂ ਉੱਪਰ ਹੋ ਗਿਆ, ਜਿਹੜਾ ਬਲਾਤਕਾਰ ਦਾ ਦੋਸ਼ੀ ਹੋਵੇ ਉਹਨੂੰ ਜੇਲ੍ਹ 'ਚੋਂ ਕਿਵੇਂ ਲਿਆਂਦਾ ਜਾਂਦਾ? ਇਹ ਚੰਗਾ ਆਚਰਣ ਹੈ ਇਹਦਾ, ਇਹਦਾ ਸੁਭਾਅ ਚੰਗਾ ਜੇਲ੍ਹ ਦੇ ਵਿੱਚ, ਇਹ ਤਾਂ ਬਾਹਰ ਹੈ। ਸਭ ਤੋਂ ਵੱਡੀ ਸਾਡੇ ਲਈ ਇੱਕ ਇਹ ਸ਼ਰਮਨਾਕ ਗੱਲ ਹੈ ਕਿ ਸਿੱਖਾਂ ਦੇ ਇਸ ਦੀ ਬੇਅਦਬੀ ਹੋਵੇ, ਤੇ ਪੰਜਾਬ ਦੇ ਵਿੱਚ ਹੋਵੇ, ਸਿੱਖਾਂ ਦੀ ਸਟੇਟ ਦੇ ਵਿੱਚ ਹੋਵੇ, ਤੇ ਉਹਦੇ ਉੱਤੇ ਅੱਜ ਗੱਲਾਂ ਕਰ ਰਹੇ ਹੋਣ। 2015 ਬਹਿਬਲ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਅੱਜ ਜਲੰਧਰ ਪਹੁੰਚੇ ਨੇ। ਮਾਮਲਾ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਕਈ ਦਿਨਾਂ ਦੇ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ, ਟੀਵੀ ਦੇ ਉੱਤੇ ਪ੍ਰਦੀਪ ਕਲੇਰ ਦੀਆਂ ਇੰਟਰਵਿਊਆਂ ਦੇਖ ਰਹੇ ਹੋ, ਜੋ ਕਿ ਮੁੱਖ ਦੋਸ਼ੀ ਹੈ, ਜਿਹਦੇ 'ਤੇ ਆਰੋਪ ਲੱਗਦੇ ਨੇ ਕਿ ਬੇਅਦਬੀ ਦੀ ਜਿਹੜੀਆਂ ਘਟਨਾਵਾਂ ਹੋਈਆਂ ਨੇ ਅਹਿਮ ਉਹਦਾ ਕਿਰਦਾਰ ਹੈ, ਅਤੇ ਖਾਸ ਤੌਰ 'ਤੇ ਪੰਜਾਬ ਸਰਕਾਰ ਦਾ ਕਿਸ ਤਰੀਕੇ ਦੇ ਨਾਲ ਇਸ ਸਾਰੇ ਮਾਮਲੇ ਨੂੰ ਲੈ ਕੇ ਇਸ ਮੁੱਦੇ ਦੇ ਉੱਤੇ ਸਰਕਾਰ ਬਣਾਈ ਸੀ, ਸੁਖਰਾਜ ਸਿੰਘ ਅੱਜ ਉਹਨੂੰ ਲੈ ਕੇ ਜਿਹੜਾ ਕਿ ਗੱਲਬਾਤ ਕਰਨ ਜਲੰਧਰ ਪਹੁੰਚੇ ਨੇ, ਇਸ ਵਕਤ ਮੌਜੂਦ ਨੇ। ਸਵਾਗਤ ਹੈ PTC ਨਿਊਜ਼, ਸੁਖਰਾਜ ਜੀ ਧੰਨਵਾਦ। ਕਿਵੇਂ ਵੇਖਦੇ ਪਏ ਹੋ ਮੌਜੂਦਾ ਪਿਛਲੇ 5 ਤੋਂ 7 ਦਿਨ ਦੇ ਜੋ ਹਾਲਾਤ ਨੇ? ਪ੍ਰਦੀਪ ਕਲੇਰ ਦਾ ਤੁਸੀਂ ਜ਼ਿਕਰ ਕੱਟ ਕੇ ਹੁਣੇ ਹਟੇ ਹੋ, ਮੈਂ ਵਿਸਤਾਰ 'ਚ ਜਾਣਨਾ ਚਾਹਾਂਗਾ ਕਿ ਅਸਲ ਇਸ ਜਿਹੜੇ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਦੀ ਸ਼ਮੂਲੀਅਤ ਕਿਸ ਤਰੀਕੇ ਦੇ ਨਾਲ ਸਾਹਮਣੇ ਆਉਂਦੀ, ਅਤੇ ਇੱਕ ਵੱਡਾ ਜਿਹੜਾ ਦਾਅਵਾ ਹੈ ਕਿ ਸਰਕਾਰ ਕੇਸਾਂ ਦੀ ਪੈਰਵਾਈ ਨਹੀਂ? ਅਸੀਂ ਇਹ ਕਹਿਣਾ ਚਾਹਾਂਗੇ ਜਿਹੜੇ ਬੰਦੇ ਨੂੰ ਫੜ ਕੇ ਫਾਹੇ ਲਾ ਦੇਣਾ ਚਾਹੀਦਾ, ਜਿਹੜੇ ਬੰਦੇ ਨੂੰ ਇੱਕ ਸੈਕਿੰਡ ਦੇ ਲਈ ਬਾਹਰ ਨਹੀਂ ਕੱਢਣਾ ਚਾਹੀਦਾ, 7 ਸਾਲ ਉਹਨੇ ਤੁਹਾਡੇ ਨੱਕ 'ਚ ਦਮ, ਉਹ ਤਾਂ ਕਹਿੰਦੇ ਵੀ ਜੇ ਇਹਨਾਂ ਨੇ ਕੋਈ ਪੈਰਵਾਈਆਂ ਕੀਤੀਆਂ ਹੋਣ, ਉਹ ਇਹਨਾਂ ਨੂੰ ਚੈਲੰਜ ਕਰੀ ਜਾਂਦਾ, ਉਹ ਕਹਿੰਦਾ ਵੀ ਮੈਂ ਆਪਦੇ ਘਰੇ ਰਹਿੰਦਾ ਰਿਹਾ, ਮੈਨੂੰ ਤਾਂ ਕਹਿੰਦੇ ਫੜਿਆ ਨਹੀਂ, ਮੈਨੂੰ ਕੋਈ ਸਾਹਮਣੇ ਨਹੀਂ ਕੀਤਾ। ਕਿੱਡੀ ਆਪਣੇ ਆਪ ਦੇ ਵਿੱਚ ਉਹ ਸਿਸਟਮ ਨੂੰ ਵੱਡਾ ਚੈਲੰਜ ਆ, ਇਤਿਹਾਸੋ ਹੀ ਨਹੀਂ ਗੱਲ ਇਹਨਾਂ ਵਾਸਤੇ ਜਿਹੜੇ ਲੋਕਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ ਇਨਸਾਫ ਕਰਾਂਗੇ, ਅਸੀਂ ਇਹ ਦੁੱਧ ਦੁੱਧ ਪਾਣੀ ਦਾ ਪਾਣੀ ਕਰਾਂਗੇ, ਅਤੇ ਉਹਨਾਂ ਤੋਂ ਘਰੇ ਬੈਠਾ ਬੰਦਾ ਨਹੀਂ ਫੜਿਆ ਗਿਆ। ਸੋ ਮੈਂ ਇੱਥੋਂ ਇਹ ਕਹਿਣਾ ਚਾਹਾਂਗਾ ਕਿ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਸਿੱਖਾਂ ਦੇ ਉੱਤੇ ਬੇਅਦਬੀਆਂ ਨੂੰ ਜਿਹੜਾ ਚੈਲੰਜ ਕਰਕੇ ਬੇਅਦਬੀਆਂ ਕੀਤੀਆਂ ਗਈਆਂ, ਉਸ ਤੋਂ ਬਾਅਦ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਦਾ ਮਜ਼ਾਕ ਗਲੋਬਲੀ ਪੱਧਰ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਦੋਸ਼ੀ ਨੂੰ ਸਾਹਮਣੇ ਲਿਆ ਕੇ ਉਸ ਦੋਸ਼ੀ ਦੀਆਂ ਜਿਹੜੀਆਂ ਗੱਲਾਂ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਕਿ ਉਹ ਕਣੀ ਬਹੁਤ ਵੱਡਾ ਹਮਦਰਦ ਬਣ ਕੇ ਸਾਹਮਣੇ ਆਇਆ, ਇੱਕ ਦੋਸ਼ੀ ਆ ਉਹ 'ਤੇ ਉਸ ਤਰੀਕੇ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ। ਜਿਹੜੇ ਮੇਰੇ ਇੱਕ ਸਵਾਲ ਹੈ ਆਪਣਾ ਸੁਖਰਾਜ ਜੀ, ਲੰਮੇ ਸਮੇਂ ਤੋਂ ਇਸ ਕੇਸ ਨੂੰ ਤੁਸੀਂ ਪੈਰਵਾਈ ਕਰਦੇ ਆਇਓ, ਪਿਤਾ ਜੀ ਵੀ ਇਸ ਘਟਨਾ ਦਾ ਸ਼ਿਕਾਰ ਹੋਏ ਨੇ, ਪ੍ਰਦੀਪ ਕਲੇਰ ਦੀ ਅਸਲ 'ਚ ਸ਼ਮੂਲੀਅਤ ਕਿਸ ਤਰੀਕੇ ਦੇ ਨਾਲ, ਅਤੇ ਇੱਕ ਤੁਸੀਂ ਜ਼ਿਕਰ ਕੀਤਾ 164 ਦੇ ਬਿਆਨਾਂ ਦਾ ਜਦੋਂ ਤੁਸੀਂ ਗੱਲਬਾਤ ਪਹਿਲਾਂ ਕਰ ਰਹੇ ਸੀ, ਮੈਂ ਦੋਨੋਂ ਜਿਹੜਾ ਸਵਾਲਾਂ ਦਾ ਜਿਹੜਾ ਕਿ ਜਵਾਬ ਵਿਸਤਾਰ 'ਚ ਜਾਣਨਾ ਚਾਹੁੰਦਾ। ਪ੍ਰਦੀਪ ਕਲੇਰ ਸਰਸੇ ਡੇਰੇ ਦਾ ਪੋਲੀਟੀਕਲ ਵਿੰਗ ਦਾ ਪ੍ਰਧਾਨ ਹੈ, ਸ਼ੁਰੂ ਤੋਂ ਸੀਗਾ? ਬਿਲਕੁਲ ਜੀ, ਜਦੋਂ ਤੋਂ ਇਹਨਾਂ ਨੇ ਉਹ ਵਿੰਗ ਬਣਾਇਆ ਉਹਦਾ ਪ੍ਰਧਾਨ ਲਾਇਆ ਜਾਂਦਾ, ਉਹ ਪ੍ਰਧਾਨ ਆਪਣੇ ਆਪ ਦੇ ਵਿੱਚ ਜਿਹੜਾ ਉਹਦਾ ਕੰਮ ਆ ਉਹ ਤਾਂ ਹੁੰਦਾ ਲੋਕਾਂ ਨੂੰ, ਪੋਲੀਟੀਕਲ ਲੋਕਾਂ ਨੂੰ ਕਹਿੰਦਾ ਬਾਬੇ ਦੇ ਨਾਲ ਮਿਲਾਉਂਦਾ ਸੀ, ਪਰ ਉਹ ਕਾਰੇ ਕੀ ਕਰ ਰਿਹਾ, ਉਹ ਸਿੱਖਾਂ ਦੇ ਵਿੱਚ ਐਡੀ ਉਹਦੀ ਸਿੱਖਾਂ ਪ੍ਰਤੀ ਨਫ਼ਰਤ ਆ ਕਿ ਉਹ ਸਿੱਖਾਂ ਦੇ ਵਿੱਚ ਬੇਅਦਬੀ ਜਿਹੜੀ ਪਲਾਨ ਕੀਤੀ ਜਾਂਦੀ ਆ ਬਾਬੇ ਵੱਲੋਂ ਉਹਦੇ ਬਿਆਨਾਂ ਦੇ ਵਿੱਚ, ਮੈਂ ਨਹੀਂ ਕਹਿ ਰਿਹਾ, ਉਹ ਹੀ ਕਹਿ ਰਿਹਾ ਨਾ ਬਾਬੇ ਵੱਲੋਂ, ਹਨੀਪ੍ਰੀਤ ਵੱਲੋਂ, ਤੇ ਉਹ ਬੇਅਦਬੀ ਨੂੰ ਉਹ
ਪੰਜਾਬ ਦੇ ਨਾਲ ਜ਼ਿਕਰ ਕਰ ਰਹੇ ਹੋ 164 ਦੇ ਬਿਆਨ ਜਿਹੜੇ ਉਹਨੇ ਦਿੱਤੇ ਆ, ਮੈਂ ਤੁਹਾਨੂੰ 164 ਦੇ ਬਿਆਨ ਦੇ ਵੀ ਦੇਵਾਂਗਾ ਜਿਹਦੇ ਵਿੱਚ ਉਹ ਗੱਲ ਕਰਦਾ। ਤਾਂ ਗੱਲ ਇਹ ਆ ਕਿ ਦੋਸ਼ੀ ਤੋਂ ਲਿਆ ਕੇ ਇੱਕ ਮਾਫੀ ਦੇ ਉੱਤੇ ਖੜਾ ਕਰ ਦੇਣਾ ਕੇਸ ਨੂੰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਹੈ, ਮਤਲਬ ਕਿ ਭਟਕਾਇਆ ਜਾ ਰਿਹਾ ਸਿੱਧਾ ਮੁੱਦੇ ਤੇ, ਕਿਉਂਕਿ ਉਹ ਸਿਰਫ ਮਾਫੀ ਦਾ ਹੀ ਜ਼ਿਕਰ ਕਰਦਾ ਵਾ ਇਸ ਚੀਜ਼, ਆਪਣੀ ਉਹਦੀ ਸ਼ਮੂਲੀਅਤ ਕਿਸੇ ਵੀ ਪਾਸੇ ਨਾ ਉਹਨਾਂ ਕੋਲ ਸਵਾਲ ਹੁੰਦਾ ਵਾ। ਪ੍ਰਦੀਪ ਕਲੇਰ ਅੰਗ ਪਾੜ ਕੇ ਗਲੀਆਂ 'ਚ ਖਿਲਾਰ ਰਿਹਾ, ਉਹ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਵਾਲਾ ਨਹੀਂ ਹੈਗਾ, ਉਹ ਤੁਹਾਡੀ ਪੈਰਵਾਈ ਹੈ, ਉਹ ਕਾਨੂੰਨੀ ਪੈਰਵਾਈ ਹੈ, ਤੇ ਕਾਨੂੰਨ ਨੂੰ ਚੈਲੰਜ ਕਰੀ ਜਾਂਦਾ ਕਿ ਮੈਂ ਤਾਂ ਘਰੇ ਸੀਗਾ, ਮੈਨੂੰ ਕਿਸੇ ਨੇ ਫੜੇ ਨਹੀਂ, ਮੈਂ ਤਾਂ ਉਹਦੀ ਦੇਖਰੇਖ ਕਰਨ ਵਾਲੀ ਕਾਨੂੰਨੀ ਦੇਖਰੇਖ ਕਰਨ ਵਾਲੀਆਂ ਸਰਕਾਰਾਂ ਕਿਤੇ ਵੇਖ ਰਹੀਆਂ ਕਾਨੂੰਨੀ ਦੇ, ਉਹੀ ਤਾਂ ਮੈਂ ਕਹਿ ਰਿਹਾ ਕਾਨੂੰਨ ਤੋਂ ਦੇਖ ਨਹੀਂ ਰਹੀਆਂ, ਉਹ 6.5 ਸੈਂਟੀਮੀਟਰ ਤੋਂ ਦੇਖ ਰਹੀਆਂ। 6 ਸੈਂਟੀਮੀਟਰ ਦਾ ਜਿਹੜਾ ਨਿਤਾਰਾ ਉਹ ਅਕਾਲ ਤਖ਼ਤ ਸਾਹਿਬ ਨੇ ਕਰਨਾ, ਉਹ ਅਕਾਲ ਤਖ਼ਤ ਸਾਹਿਬ ਦੇ ਸਾਨੂੰ ਫੈਸਲੇ ਪ੍ਰਵਾਨ ਆ, ਜੋ ਜਿੱਦਾਂ ਹੋਣਗੇ ਉਹ ਸਿੱਖ ਪੰਥ ਦੇ ਫੈਸਲੇ ਆ, ਪਰ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਤੁਸੀਂ ਡਿੰਗੇ ਮਾਰਦੇ ਆਏ ਹੋ ਕਿ ਅਸੀਂ ਸਜ਼ਾ ਦੇਵਾਂਗੇ, ਸਾਨੂੰ ਸਰਕਾਰ ਚਾ ਲੈਂਦੇ, ਪਰ ਸਾਨੂੰ ਤੁਹਾਨੂੰ ਸਰਕਾਰ 'ਚ ਲਿਆਉਣ ਦਾ ਫਾਇਦਾ ਕੀ ਹੋਇਆ? ਇਸ ਵੇਲੇ ਜ਼ਿਕਰ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ, ਬਿਲਕੁਲ ਮੈਂ ਭਗਵੰਤ ਮਾਨ ਦੀ ਗੱਲ ਕਰ ਰਿਹਾ, ਜਿਹੜੇ 24 ਘੰਟੇ 'ਚ ਇਨਸਾਫ਼ ਦੇਣ ਦੀ ਗੱਲ ਕਰਦੇ ਸੀ, ਅੱਜ 2.5 ਸਾਲ ਤੋਂ 3 ਸਾਲ ਤੋਂ ਉੱਪਰ ਦਾ ਸਮਾਂ ਬੀਤਣ ਜਾ ਰਿਹਾ, ਤਾਂ 3 ਸਾਲ ਦੇ ਵਿੱਚ ਉਹਨਾਂ ਨੇ ਕੀਤਾ ਕੀ ਆ? ਸਰਸਿਆਂ ਨੂੰ ਕੁਰਲਾਂ ਦਿੱਤੀਆਂ, ਬੇਅਦਬੀ ਦੇ ਦੋਸ਼ੀਆਂ ਨੂੰ ਗਨਮੈਨ ਦਿੱਤੇ ਆ, ਬੇਅਦਬੀ ਦੇ ਦੋਸ਼ੀਆਂ ਨੂੰ ਬਾਹਰ ਲਿਆ ਕੇ ਉਹਨਾਂ ਦੀ ਇੰਟਰਵਿਊ ਕਢਾਈਆਂ। ਸੋ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਆ। ਪ੍ਰਦੀਪ ਕਲੇਰ ਨੂੰ ਇੱਕਦਮ ਸਾਹਮਣੇ ਲੈ ਕੇ ਆਣਾ, ਪ੍ਰਤੀਤ ਕੀ ਹੁੰਦਾ ਤੇ ਪਿਛਲਾ ਏਜੰਡਾ ਕੀ ਹੈ? ਕਿਉਂਕਿ ਸਰਕਾਰ ਤੇ ਸਿੱਧਾ ਤੁਸੀਂ ਜਿਹੜਾ ਭਾਜਪਾ ਤੇ ਆਮ ਆਦਮੀ ਸਰਕਾਰ ਰਲ ਕੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ, ਪੰਜਾਬ ਦੇ ਵਿੱਚ ਜਿਹੜੀ ਆਪਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਹਰਿਆਣੇ ਦੀ ਸਰਕਾਰ ਨੇ ਤਾਂ ਸਰਸੇ ਵਾਲੇ ਨੂੰ ਵਾਰ-ਵਾਰ ਬਾਹਰ ਲਿਆਉਣ ਦੇ ਲਈ ਇੱਕ ਲਾਅ ਹੀ ਬਣਾ ਦਿੱਤਾ ਵੀ ਉਹ ਜਦੋਂ ਮਰਜ਼ੀ ਆ ਸਕਦਾ। ਇੱਕ ਬੰਦਾ ਇਹਨਾਂ ਨੂੰ ਸਿਸਟਮ ਤੋਂ ਕਿੱਡਾ ਉੱਪਰ ਹੋ ਗਿਆ, ਜਿਹੜਾ ਬਲਾਤਕਾਰ ਦਾ ਦੋਸ਼ੀ ਹੋਵੇ ਉਹਨੂੰ ਜੇਲ੍ਹ 'ਚੋਂ ਕਿਵੇਂ ਲਿਆਂਦਾ ਜਾਂਦਾ? ਇਹ ਚੰਗਾ ਆਚਰਨ ਹੈ ਇਹਦਾ, ਇਹਦਾ ਸੁਭਾਅ ਚੰਗਾ ਜੇਲ੍ਹ ਦੇ ਵਿੱਚ, ਇਹ ਤਾਂ ਬਾਹਰ ਹੈ। ਉਹ ਜਿਹੜਾ ਗਿਆ ਹੀ ਦੋਸ਼ ਬਲਾਤਕਾਰ ਦੇ ਵਿੱਚ ਆ, ਜਿਹੜਾ ਗਿਆ ਹੀ ਕੁਕਰਮ ਕਰਕੇ, ਉਹਦਾ ਆਚਾਰ ਕੀ ਚੰਗਾ ਹੋ ਜਾਊਗਾ? ਇੱਕ ਹੋਰ ਵੀ ਗੱਲ ਆਖੀ ਜਾ ਰਹੀ 295 ਏ ਦੀ ਵੀ ਗੱਲ ਆਖੀ ਗਈ ਸੀ ਕਿ ਸਿਰਸੇ ਵਾਲੇ ਕਾਰ ਤੇ, ਦੂਸਰੀ ਇੱਕ ਜਿਹੜੀ ਹੈ ਕਿ ਸਰਕਾਰ ਪ੍ਰਵਾਨਗੀ ਵੀ ਨਹੀਂ ਦੇ ਰਹੀ ਕਿ 295 ਏ ਦੇ ਟ੍ਰਾਇਲ ਦੀ ਪ੍ਰਵਾਨਗੀ ਸਰਕਾਰ ਨੇ ਦੇਣੀ ਆ, ਗ੍ਰਹਿ ਸਕੱਤਰ ਨੇ ਦੇਣੀ ਆ, ਜਿਹੜੀ ਸਿੱਧਾ ਸਿੱਧਾ ਸੀਐਮ ਦੇ ਹੱਥ 'ਚ ਹੈ। ਇਹਦੇ ਵਾਸਤੇ ਅਪਲਾਈ ਕੀਤਾ? ਦੇਖੋ ਜੀ, ਇਹਨਾਂ ਨੇ ਰੋਕਿਆ ਹੋਇਆ, ਉਹਨੇ ਇਹਨਾਂ ਨੇ ਉਹਦੇ ਖਿਲਾਫ ਜਿਹੜਾ ਚਲਾਨ ਆਹ ਕੇਸ ਚੱਲਣ ਤੋਂ ਰੋਕਿਆ ਹੋਇਆ, ਇਹਨਾਂ ਨੇ ਰੋਕਿਆ, ਕਿਸੇ ਹੋਰ ਨੇ ਤਾਂ ਨਹੀਂ ਨਾ ਰੋਕਿਆ। ਠੀਕ ਹੈ, 2023 ਦੇ ਵਿੱਚ ਚਲਾਨ ਪੇਸ਼ ਹੁੰਦੇ ਆ, ਇਹਨਾਂ ਦੀ 22 ਚ ਸਰਕਾਰ ਹੁੰਦੀ ਆ, ਬਿਲਕੁਲ ਠੀਕ ਹੈ, ਤੇ ਅੱਜ 23 ਦੇ ਵਿੱਚ ਰੋਕਿਆ ਜਾ ਰਿਹਾ, 24 ਦੇ ਵਿੱਚ ਰੁਕੇ ਹੋਏ ਆ, ਇਹ ਅੱਜ ਤੱਕ ਰੁਕੇ ਹੋਏ ਆ। ਇਹ ਪਿਛਲਾ ਬਿਆਨ ਸੁਣਿਆ ਹੋਣਾ ਭਗਵੰਤ ਮਾਨ ਹੋਰਾਂ ਜਦੋਂ ਉਹਨੇ ਇੱਕ ਪ੍ਰੈਸ ਕਾਨਫਰੰਸ, ਸਵਾਲ ਵੀ ਹੋਇਆ ਸੀ, ਕਹਿੰਦੇ ਮੇਰੇ ਤਾਂ ਨੌਲੇਜ ਵੀ ਨਹੀਂ ਇੱਕ ਕੁਛ ਇਦਾਂ ਦੀ ਆਏ ਨਹੀਂ ਸਰਕਾਰ ਦੇਗੀ। ਉਹ ਤਾਂ ਮੈਂ ਕਹਿੰਦਾ ਜੀ, ਦੇਖੋ ਗੁਰੂ ਸਾਹਿਬ ਆ, ਜ਼ਰੂਰ ਰਾਹਾਂ ਤੇ ਲੈ ਕੇ ਆਉਣਗੇ, ਜੇ ਬੇਅਦਬੀ ਦੇ ਉੱਤੇ ਰਾਜਨੀਤੀ ਕਰਨਗੇ ਨਾ। ਕੇਂਦਰ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ 400 ਪਾਰ ਦਾ ਨਾਰਾ ਦਿੰਦੀ ਸੀ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੋ ਉਹਨਾਂ ਦੀ ਭਾਈਵਾਲਤਾ ਵੀ ਰਹੀ ਆ, ਜਿੰਨੇ ਦੋਸ਼ੀ ਬੇਅਦਬੀ ਦੇ ਆ, ਸਭ ਤੋਂ ਵੱਧ ਕੇਂਦਰ ਦੇ ਸਰਕਾਰ ਦੇ ਮੰਤਰੀਆਂ ਦੇ ਨਾਲ ਦੇਖੇ ਗਏ ਨਾ ਸਟੇਜਾਂ ਦੇ ਉੱਤੇ, ਤਾਂ ਉਹ ਸਟੇਜਾਂ ਦੇ ਉੱਤੇ ਦੇਖੇ ਜਾਣ ਤੋਂ ਬਾਅਦ ਅੱਜ ਉਹ ਸਰਕਾਰ ਕਿੱਥੇ ਆ? ਅੱਜ ਕਿਉਂ ਕਹਿੰਦੇ ਲੋਕਾਂ ਦੀ ਸਰਕਾਰ, ਅੱਜ ਸਿੱਧਾ ਮੋਦੀ ਸਰਕਾਰ ਕਿਉਂ ਨਹੀਂ ਕਹਿੰਦੇ? ਸੋ ਅੱਜ ਕਿਉਂ ਨਹੀਂ ਤੁਸੀਂ ਉਹ ਗੱਲਾਂ ਕਰ ਸਕਦੇ? ਉਸੇ ਤਰ੍ਹਾਂ ਹੀ ਆਮ ਆਦਮੀ ਵਾਲਿਆਂ ਦਾ ਹਾਲ ਹੋਣਾ, ਇਹਨਾਂ ਦੇ ਵੀ ਕਈ ਲੋਕ ਨੇ ਜਿਹੜੇ ਰਾਜਨੀਤੀ ਕਰਕੇ ਇਸ ਕੇਸ ਦੇ ਵਿੱਚ MLA ਬਣ ਕੇ ਬੈਠ ਗਏ ਨੇ। ਸਭ ਤੋਂ ਵੱਡੀ ਸਾਡੇ ਲਈ ਇੱਕ ਇਹ ਸ਼ਰਮਨਾਕ ਗੱਲ ਆ ਕਿ ਸਿੱਖਾਂ ਦੇ ਅਸ਼ਟ ਦੀ ਬੇਅਦਬੀ ਹੋਵੇ, ਬਿਲਕੁਲ, ਤੇ ਪੰਜਾਬ ਦੇ ਵਿੱਚ ਹੋਵੇ, ਸਿੱਖਾਂ ਦੀ ਸਟੇਟ ਦੇ ਵਿੱਚ ਹੋਵੇ, ਤੇ ਉਹਦੇ ਉੱਤੇ ਅੱਜ ਗੱਲਾਂ ਕਰ ਰਹੇ ਹੋਣ, ਤੇ ਅਸੀਂ ਉਹਨਾਂ ਦੀਆਂ ਗੱਲਾਂ ਤੇ ਅਮਲ ਕਰਕੇ ਆਪਣੇ ਆਪ ਨੂੰ ਕੋਸੀ ਜਾਂਦੇ ਹੋਈਏ। ਸਿੱਖ ਭਾਈਚਾਰੇ ਨੇ ਇਹਨਾਂ ਮੈਂਡੇਟ ਦੇ ਕੇ ਸਰਕਾਰ ਨੂੰ ਵੀ ਬਣਾਈ ਹੋਵੇ, ਸਿਰਫ ਇਸੇ ਉਮੀਦ 'ਚ ਕਿ ਇਨਸਾਫ ਮਿਲੇਗਾ, ਗੱਲ ਇਹੀ ਹੈ ਨਾ ਜੀ। ਸੋ ਗੱਲ ਇਹ ਹੈ ਇਨਸਾਫ ਕਰਨ ਦੀ ਗੱਲ ਕਰਨ, ਉਹ ਦੋਸ਼ੀ ਦੀਆਂ ਜਿਹੜੀਆਂ ਗੱਲਾਂ ਸਿੱਖਾਂ ਨੂੰ ਬਦਨਾਮ ਕਰਨ ਲੱਗਾ, ਉਹ ਨਹੀਂ ਚਾਹੀਦੀਆਂ ਸਾਨੂੰ ਚਾਹੀਦੀਆਂ ਵੀ ਉਹਦੀ ਜਿਹੜੇ ਕੁਕਰਮ ਕੀਤੇ ਆ, ਉਹਨੇ ਬੇਅਦਬੀ ਕੀਤੀ ਆ, ਉਹਦੇ ਤੇ ਕਾਰਵਾਈਆਂ ਕਰਨ, ਉਹ ਤੇ ਸਜ਼ਾਵਾਂ ਦੇ। ਅਗਲੀ ਰਣਨੀਤੀ ਕੀ ਉਲੀਕਦੇ ਪਏ? ਅਸੀਂ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਵੱਡਾ ਪ੍ਰੋਗਰਾਮ ਦੇਵਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਜਿਹੜਾ ਘੇਰਾਂਗੇ,
ਤੇ ਸਰਕਾਰ ਨੂੰ ਸਵਾਲ ਆ ਜਿਹੜੇ ਜ਼ਰੂਰ ਕਰਨੇ ਪੈਣਗੇ। ਦੂਜੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਹੁਣ ਜਲੰਧਰ ਦੇ ਵਿੱਚ ਚੋਣਾਂ ਹੋ ਕੱਟੀਆਂ ਉਹ 'ਚ ਬੇਅਦਬੀ ਦੀ ਕੋਈ ਗੱਲ ਨਹੀਂ ਕੀਤੀ ਗਈ ਨਾ, ਕਿਉਂਕਿ ਇੱਥੇ ਮੁੱਦਾ ਨਹੀਂ ਹੈਗਾ। ਅੱਜ ਪੰਜਾਬ ਦੇ ਵਿੱਚ 4 ਥਾਂ ਹੋਰ ਜ਼ਿਮਨੀ ਚੋਣਾਂ ਹੋਣਗੀਆਂ, ਉਹਨਾਂ ਨੂੰ ਲੈ ਕੇ ਬੇਅਦਬੀ ਦਾ ਮੁੱਦਾ ਨਾਮ ਲੇਵਾ ਸੰਗਤ ਹਰ ਜਗ੍ਹਾ ਵਸਦੀ ਹੈ, ਬਿਲਕੁਲ ਵਸਦੀ ਹੈ ਜੀ, ਬਿਲਕੁਲ ਵਸਦੀ ਆ, ਲੋਕ ਜਾਣਦੇ ਆ, ਲੋਕ ਸਮਝ ਚੁੱਕੇ ਆ, ਜਿਹੜੇ 24 ਘੰਟੇ 'ਚ ਗੱਲ ਕਰਦੇ ਸੀ ਅੱਜ ਉਹ 24 ਮਹੀਨਿਆਂ ਤੇ ਇਹ ਕਹਿ ਰਹੇ ਆ ਕਿ ਸਾਡਾ ਮੁੱਦਾ ਹੀ ਨਹੀਂ, ਤਾਂ ਲੋਕ ਜਾਣਦੇ ਆ, ਲੋਕ ਜ਼ਰੂਰ ਇਨਸਾਫ ਕਰਨਗੇ। ਤੁਸੀਂ ਗੱਲਬਾਤ ਸੁਣੀ ਹੈ ਸੁਖਰਾਜ ਸਿੰਘ ਜਿਨ੍ਹਾਂ ਨੇ ਪ੍ਰਦੀਪ ਕਲੇਰ ਤੇ ਖਾਸ ਤੌਰ ਤੇ ਬੇਦਬੀ ਦੇ ਮਾਮਲਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਰੀਕੇ ਦੇ ਨਾਲ ਪੈਰਵਾਈ ਕਰਦੇ ਪਈ ਹੈ, ਉਹ ਗੱਲਾਂ ਨੂੰ ਜਿਹੜਾ ਕਿ ਉਹਨਾਂ ਨੇ ਉਜਾਗਰ ਕੀਤਾ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮੀ ਸਿੰਘ, PTC ਨਿਊਜ਼, ਜਲੰਧਰ।